ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਮੈਂ ਹਾਂ ਰੁਦਨ। ਇਸ ਟਾਈਮ ਅਸੀਂ ਚਾਈਨਾ ਵਾਲ ਤੇ ਬੈਠੇ ਹੋਇਆ। ਜਿਹੜੀ ਤੁਸੀਂ ਇਹ ਦੀਵਾਰ ਦੇਖਦੇ ਹੋ, ਇਹ ਚਾਈਨਾ ਦੀ ਦੀਵਾਰ ਹੈਗੀ ਹੈ ਤੇ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਉਹ ਚਾਈਨਾ ਦਾ ਏਰੀਆ ਹੈਗਾ। ਆਹ ਮੁੰਡਾ ਚਾਈਨਾ ਤੋਂ ਆਇਆ ਭੱਜਾ ਭੱਜਾ, ਉੱਥੋਂ ਦੀ ਕੱਢਤਾ ਹੈਗਾ, ਇਸ ਲਈ ਇੰਡੀਆ 'ਚ ਦਾਖਲ ਹੋ ਰਿਹਾ। ਮੇਰੇ ਬੂਟ ਐਕਚੁਲੀ ਲੈਦਰ ਦੇ ਹੈਗੇ, ਫਿਸਲ ਗਿਆ ਸੀਗਾ, ਮੈਂ ਬਹੁਤ ਜ਼ੋਰ ਦੀ ਫਿਸਲ ਗਿਆ ਸੀਗਾ। ਇੱਧਰ ਵੇਖੋ ਇੰਡੀਆ 'ਚ ਬਰਫ਼ ਨੀ ਹੈਗੀ, ਇੱਧਰ ਲੈ ਗਿਆ, ਇੱਧਰ ਲੈ ਗਿਆ। ਆਓ ਤੁਹਾਨੂੰ ਚਾਈਨਾ 'ਚ ਬਰਫ਼ ਦਿਖਾਉਂਦੇ ਹਾਂ, ਇੱਧਰ ਕੋਲ ਆਪਣਾ ਵਰਲਡ ਦੀ ਸਭ ਤੋਂ ਉੱਚੀ ਜਗ੍ਹਾ ਹੈ ਜਿੱਥੇ ਪੈਰਾਸ਼ੂਟ ਗਲਾਈਡਿੰਗ ਹੋ ਰਹੀ ਹੈ, ਤੁਸੀਂ ਦੇਖੋ ਤੇ ਧਿਆਨ ਨਾਲ। ਵੱਜੇ ਓ ਡੰਗਰਿਆਂ ਜੋ ਚਾਰ ਧਾਰਾਂ ਜੋ ਮਿੰਜੋ ਸਦੈ ਡੰਗੜੇ ਦੀਆ ਉੱਚਿਆ ਬੰਸਰੀ ਵੱਜੇ ਡੰਗਰਿਆਂ ਜੋ ਚਾਰ ਧਾਰਾਂ ਜੋ ਮਿੰਜੋ ਸਦੈ ਕਾਂਗੜੇ ਦੀ ਉੱਚੀਆ ਰੜੀਆ ਬੰਸਰੀ ਵੱਜੇ ਡੰਗਰਿਆਂ ਜੋ ਚਾਰ ਧਾਰਾਂ ਜੋ ਮਿੰਜੋ ਸਦੈ ਕਾਂਗੜੇ ਦੀ ਉੱਚੀਆ ਰੜੀਆ ਬੰਸਰੀ ਵੱਜੇ ਡੰਗਰਿਆਂ ਜੋ ਚਾਰ ਧਾਰਾਂ ਜੋ ਮਿੰਜੋ ਸਦੈ